ਬੋਲੀ ਵੀ ਲਾ ਗਿਆ ਕਰਾਂ ਸਟਾਰਟ ਹੋ ਗਿਆ ਮੈਂ ਕਿਹਾ ਉੱਥੇ ਚਲੀਏ ਨਹੀਂ ਤਾਂ ਉਹ ਤਾਂ ਆਉਂਦੇ ਆ ਜਾਓ ਆਤਾ ਤੁਸੀਂ ਹੁਣ ਲੋਕੀ ਹੁਣ ਲਾਈਵ ਚੱਲਦਾ ਗਲਾ ਨਾ ਕੱਟੋ
84
Thank you.
Thank you.
Thank you.
Ah!
ਸਿਵਾਹੀ ਪਾਕ ਦਾ ਕਰਮ ਜੋਰਦਾਰ ਤਾਲੀ ਦਾ ਨਾਮ ਵਾਸਤੇ ਲੈ ਲਾ ਹਜ਼ੂਰ ਇਹ ਨਬੀ ਪਾਕ ਦਾ ਕਲਾਮ ਜਿੱਥੋਂ ਸ਼ੁਰੂ ਕੀਤਾ ਜਾਂਦਾ ਹੈ ਨਬੀ ਕੌਣ ਅੱਲਾਹ ਦਾ ਮਹਿਬੂਬ 1,24,000 ਪੈਗੰਬਰ ਹੋਏ ਜਨਾਬ ਤੁਹਾਡੇ ਵਾਸਤੇ ਗੱਡੀ ਨਸ਼ੀਨ ਦਰਬਾਰ ਦੇ ਵਕਤ ਸੇਵਾਦਾਰ ਬਿਲਕੁਲ ਸ਼ਾਹ ਜੀ ਪਾਕ ਮੁਹੰਮਦ ਮੁਸਤਫਾ ਨੂੰ ਯਾਦ ਕੀਤਾ ਹੁਣ ਉਸ ਹਸਤੀ ਨੂੰ ਯਾਦ ਕਰਨ ਲੱਗੇ ਹਾਂ ਅਗਰ ਦੁਨੀਆਂ ਵਿੱਚ ਜਹਾਨ ਵਿੱਚ ਮੌਲਾ ਵਾਲੀ ਸਰਕਾਰ ਦੀ ਪੈਦਾਵਾਰ ਨਾ ਹੁੰਦੇ ਤਾਂ ਕੋਈ ਮੇਲਾ ਨਾ ਕਰਾਉਂਦਾ ਕੋਈ ਫਕੀਰ ਨਾ ਬਣਦਾ ਕੋਈ ਬੂ ਅਲੀ ਕਲੰਦਰ ਨਾ ਕਹਾਉਂਦਾ ਕਿਉਂਕਿ ਅਲੀ ਹੈ ਤਾਂ ਸਾਰੇ ਬੰਦੇ ਕੁੱਲ ਪੀਰਾਂ ਦਾ ਪਹਿਲਾ ਪੀਰ ਮੌਲਾ ਵਾਲੀ ਸਰਕਾਰ ਉਹਨਾਂ ਦਾ ਕਲਾਮ ਹੱਕ ਮੌਲਾ ਹੈ ਆਪਣੀ ਮੌਜ ਔਰ ਮਸਤੀ ਵਿੱਚ
ਆਪਣੇ ਮੁਕਾਮ ਦੀ ਛੱਤ ਉੱਪਰ ਬੈਠੇ ਜਨਾਬ ਉਹਨਾਂ ਸਮਿਆਂ ਚ ਕੱਚੀ ਮਿੱਟੀ ਦੇ ਘਰ ਇੱਥੇ ਬੰਦਾ ਕੰਮ ਕਰਕੇ ਰਾਜੀ ਨੂੰ ਤੇ ਖੁਦ ਖੁਦਾ ਹੀ ਕੰਮ ਕਰਦਾ ਪਿਆ ਹਜ਼ਰਤ ਮੌਲਾ ਅਲੀ ਸਰਕਾਰ ਦੇ ਹੱਥਾਂ ਦੇ ਵਿੱਚ ਚੀਕਣੀ ਮਿੱਟੀ ਦਾ ਗਾਰਾ ਬਣਾਇਆ ਹਜ਼ੂਰ ਆਪਣੇ ਮੁਕਾਮ ਦੀ ਛੱਤ ਨੂੰ ਆਪ ਲਿਬ ਦੇ ਕੋਚ ਦੇ ਔਰ ਉਹਨਾਂ ਦਾ ਇੱਕ ਮੁਰੀਦ ਜਿਸਦਾ ਨਾਮ ਕੰਬਰ ਉਹਨਾਂ ਦਾ ਮੁਰੀਦ ਉਹਨਾਂ ਦਾ ਸੇਵਾਦਾਰ ਉਹਨਾਂ ਦਾ ਜੇਲਾ ਕੰਬਰ ਨਾਮ ਦਾ ਉਹਨਾਂ ਦੇ ਨਾਲ ਹੈਲਪ ਕਰਾ ਰਿਹਾ ਮਦਦ ਕਰਾ ਰਿਹਾ ਸ਼ਹਿਰ ਨਜ਼ਫ ਵਿੱਚ ਇੱਕ ਨਜ਼ੂਮੀ ਨਜ਼ੂਮੀ ਕਿਹਨਾਂ ਨੂੰ ਕਹਿੰਦੇ ਸਰਕਾਰ ਅਸਲਾਮ ਧਰਮ ਦੇ ਵਿੱਚ ਉਹ ਬੜਾ ਸਿਆਣਾ ਪੰਡਿਤ ਹੁੰਦਾ ਜਿਹੜਾ ਹੱਥ ਦੀ ਰੇਖਾ ਨਾ ਪੜੇ ਜਿਹੜਾ ਅੱਖਾਂ ਦੀ ਤੇ ਮੱਥੇ ਦੀ ਰੇਖਾ ਪੜੇ ਉਹਨਾਂ ਨੂੰ ਨਜ਼ੂਮੀ ਕਹਿੰਦੀ ਜਿਹੜਾ ਆਈ ਸੂਰਤ ਨੂੰ ਵੇਖ ਕੇ ਦੱਸਦੇ ਕਿ ਤੇਰੇ ਨਾਲ ਆਪ ਕੁਝ ਹੋਣਾ ਉਸ ਨਜ਼ੂਮੀ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਅੱਜ ਮੌਲਾ ਦੀ ਸਰਕਾਰ ਤੇ ਜਾ ਕੇ ਮੈਂ ਦੀਦਾਰ ਕਰ ਔਰ ਅਲੀ ਨੂੰ ਰੂਪ ਰੂਪ ਦੇਖਾਂ ਦਿਲ ਵਿੱਚ ਖਿਆਸ ਰਾਖੀ ਆਪਣੇ ਘਰੋਂ ਤੁਰ ਪਿਆ ਸ਼ਹਿਰੋ ਸ਼ਹਿਰ ਪਿੰਡੋ ਪਿੰਡ ਚੱਲਿਆ ਕਿਸੇ ਨੂੰ ਜਾ ਕੇ ਪੁੱਛਦਾ ਸ਼ਹਿਰ ਨਜ਼ਫ ਦੇ ਵਿੱਚ ਕਿ ਮੈਂ ਸ਼ੇਰ ਖੁਦਾ ਮੁਰਤਜ਼ਾ ਮੌਲਾ ਅਲੀ ਸਰਕਾਰ ਦੇ ਘਰ ਜਾਣਾ ਹੈ ਔਰ ਦੱਸਣ ਵਾਲੇ ਨੇ ਬੜੇ ਪਿਆਰ ਨਾਲ ਦੱਸਿਆ ਕਿ ਬਿਲਕੁਲ ਸਾਹਮਣੇ ਹਜ਼ਰਤ ਮੌਲਾ ਅਲੀ ਸਰਕਾਰ ਦਾ ਘਰ ਹੈ ਤੁਸੀਂ ਜਾ ਕੇ ਮਿਲ ਸਕਦੇ ਉਸ ਨਜ਼ੂਮੀ ਸਾਹਿਬ ਨੇ ਮੌਲਾ ਅਲੀ ਸਰਕਾਰ ਦੇ ਦਰਵਾਜ਼ੇ ਦੇ ਬਾਹਰ ਖੜੇ ਹੋ ਕੇ ਆਵਾਜ਼ ਮਾਰੀ ਉਹਨਾਂ ਦਾ ਮੁਰੀਦ ਮਕਾਮ ਤੋਂ ਨੀਚੇ ਆਇਆ ਦੇਖਿਆ ਦਰਵਾਜ਼ਾ ਖੋਲਿਆ ਤੇ ਨੰਜੋ ਵੀ ਸਾਫ਼ ਕਰੇ ਅਸਲਾਮ ਅਲੈਕੁਮ ਉਹ ਕਹਿੰਦੇ ਵਾਲੇਕੁਮ ਸਲਾਮ ਉਹ ਕਹਿੰਦੇ ਤੂੰ ਕੌਣ ਆ ਕਹਿੰਦਾ ਜੀ ਮੈਂ ਸ਼ੇਰੇ ਖੁਦਾ ਮੁਰਤਜ਼ਾ ਮੌਲਾ ਅਲੀ ਸਰਕਾਰ ਦਾ ਗੁਲਾਮ ਹਾਂ ਉਹਨਾਂ ਦਾ ਸੇਵਾਦਾਰ ਨਜ਼ੂਮੀ ਸਾਹਿਬ ਕਹਿੰਦੇ ਅਸੀਂ ਬੜੀ ਦੂਰ ਤੋਂ ਆਏ ਹਾਂ ਅਸੀਂ ਮੌਲਾ ਮੁਰਤਜ਼ਾ ਨੂੰ ਦੇਖਣ ਵਾਸਤੇ ਸਿਰਫ ਉਹਨਾਂ ਦੇ ਦੀਦਾਰ ਕਰਕੇ ਅਸੀਂ ਚਲੇ ਜਾਣਾ ਹੈ ਸਾਡਾ ਪ੍ਰੋਗਰਾਮ ਸਾਡੀ ਫਰਿਆਦ ਸਾਡੀ ਬੇਨਤੀ ਉਹਨਾਂ ਤੱਕ ਪਹੁੰਚਾ ਦੇ ਮੌਲਾ ਅਲੀ ਸਰਕਾਰ ਦਾ ਜਿਹੜਾ ਗੁਲਾਮ ਹੈ ਉਹ ਕਹਿੰਦਾ ਨਜ਼ੂਮੀ ਸਾਹਿਬ ਤੁਸੀਂ ਤਸ਼ਰੀਫ ਰੱਖੋ ਤੁਸੀਂ ਬੈਠੋ ਮੈਂ ਹੁਣੇ ਤੁਹਾਡਾ ਪ੍ਰੋਗਰਾਮ ਕੇ ਨਾ ਆਪਣੇ ਮੀਰ ਮੁਰਸ਼ਿਦ ਸਾਹਿਬ ਇੰਨੀ ਗੱਲ ਕਰਕੇ ਵਾਪਸ ਪਿੱਛੇ ਮੁੜਨ ਲੱਗਾ ਤੇ ਨਜ਼ੂਮੀ ਸਾਹਿਬ ਨੂੰ ਬਾਹੋਂ ਫੜ ਲਿਆ ਅਲੀ ਦੇ ਗੁਲਾਮ ਨੂੰ ਕਹਿੰਦਾ ਪਿੱਛੇ ਨਾ ਮੁੜੀ ਭਰਿਆ ਲੋਕਾਂ ਪਿੱਛੇ ਨਾ ਮੁੜੀ ਕਹਿੰਦਾ ਕੀ ਗੱਲ ਹੋਈ ਜਨਾਬ ਕਹਿੰਦੇ ਤੂੰ ਸਾਡਾ ਪੈਗਾਮ ਕੀ ਦੇਣਾ ਮੌਲਾ ਅਲੀ ਸਰਕਾਰ ਨੂੰ ਜਾ ਕੇ ਤੇਰੇ ਮੱਥੇ ਦੀ ਲਕੀਰ ਅਸੀਂ ਪੜ੍ਹ ਲਈ ਉਹ ਕਹਿੰਦਾ ਜਨਾਬ ਮੇਰੇ ਮੱਥੇ ਦੀ ਲਕੀਰ ਤੇ ਕੀ ਲਿਖਿਆ ਹੈ ਕਹਿੰਦੇ ਤੇਰੇ ਮੱਥੇ ਦੀ ਲਕੀਰ ਨੇ ਸਾਨੂੰ ਦੱਸ ਦਿੱਤਾ ਹੈ ਤੇਰੇ ਮੱਥੇ ਦੀ ਲਕੀਰ ਤੇ ਲਿਖਿਆ ਹੈ ਤੂੰ ਸਾਡਾ ਪੈਗਾਮ ਕੀ ਦੇਣਾ ਮੌਲਾ ਅਲੀ ਸਰਕਾਰ ਨੂੰ ਜਾ ਕੇ ਤੇਰੇ ਮੱਥੇ ਦੀ ਲਕੀਰ ਨੇ ਸਾਨੂੰ ਦੱਸਿਆ ਕਿ ਤੂੰ ਅੱਜ ਸ਼ਾਮ ਨੂੰ ਮਰ ਜਾਣਾ ਹੈ ਬੜਾ ਉਦਾਸ ਔਰ ਬੜਾ ਢਿੱਲਾ ਜ਼ਬੂਰ ਕਰਕੇ ਮੌਲਾ ਅਲੀ ਸਰਕਾਰ ਦੇ ਕੋਲ ਚਲੇ ਗਿਆ ਜਾ ਕੇ ਕਹਿੰਦਾ ਹਜ਼ੂਰ ਨੀਚੇ ਉਹ ਨਜ਼ੂਮੀ ਸਾਹਿਬ ਆਏ ਨੇ ਜੋ ਜਪਾ ਚੁੱਕਣ ਦੇ ਬੋਰਾ ਹੋ ਜਾਂਦਾ ਮੌਲਾ ਅਲੀ ਸਰਕਾਰ ਕਹਿੰਦੇ ਮੇਰੇ ਕੋਲ ਤਾਂ ਬੜਾ ਖੁਸ਼ ਗਿਆ ਸੀ ਵਾਪਸ ਉੱਪਰ ਮਕਾਨ ਗਿਆ ਤੇ ਬੜਾ ਉਦਾਸ ਹੋ ਗਿਆ ਤੈਨੂੰ ਵੀ ਕਹਿੰਦਾ ਨਜ਼ੂਮੀ ਸਾਹਿਬ ਨੇ ਕਹਿੰਦਾ ਸਰਕਾਰ ਤੁਹਾਡਾ ਹੁਕਮ ਬਣ ਕੇ ਮੈਂ ਮਕਾਨ ਤੋਂ ਨੀਚੇ ਆਇਆ ਜਾ ਕੇ ਦਰਵਾਜ਼ਾ ਖੋਲਿਆ ਤੇ ਨਜ਼ੂਮੀ ਸਾਹਿਬ ਕਹਿੰਦੇ ਮੈਂ ਸਲਾਮ ਅਲੈਕੁਮ ਕਿ ਕਹਿੰਦੇ ਵਾਲੇਕੁਮ ਸਲਾਮ ਮੈਨੂੰ ਪੁੱਛਦੇ ਤੂੰ ਕੌਣ ਆ ਸਰਕਾਰ ਮੈਂ ਕਿਹਾ ਮੈਂ ਅਲੀ ਦਾ ਗੁਲਾਮ ਹਾਂ ਉਹਨਾਂ ਦਾ ਸੇਵਾਦਾਰ ਹਾਂ ਉਹ ਕਹਿੰਦੇ ਅਸੀਂ ਬੜੀ ਦੂਰ ਤੋਂ ਆਏ ਹਾਂ ਮੌਲਾ ਅਲੀ ਸਾਹਿਬ ਸਰਕਾਰ ਦੇ ਦੀਦਾਰ ਕਰਨ ਵਾਸਤੇ ਸਾਡੀ ਉਹਨਾਂ ਤੱਕ ਬੇਨਤੀ ਪਹੁੰਚਾ ਦਿੱਤੀ ਤੇ ਜਨਾਬ ਜਦੋਂ ਇੰਨੀ ਗੱਲ ਕਰਕੇ ਮੈਂ ਪਿੱਛੇ ਮੁੜਨ ਲੱਗਾ ਮੈਨੂੰ ਮਾਹੋਂ ਫੜ ਕੇ ਕਹਿੰਦੇ ਤੂੰ ਸਾਡਾ ਪੈਗਾਮ ਕੀ ਦੇਣਾ ਅਲੀ ਸਾਹਿਬ ਨੂੰ ਤੇਰੇ ਮੱਥੇ ਦੀ ਲਕੀਰ ਨੇ ਦੱਸਿਆ ਕਿ ਤੂੰ ਅੱਜ ਸ਼ਾਮ ਨੂੰ ਮਰ ਜਾਣਾ ਤੇ ਮੌਲਾ ਮੁਸ਼ਕਿਲ ਸ਼ਾਹ ਕਹਿੰਦੇ ਬਸ ਇਸੇ ਗੱਲ ਤੋਂ ਉਦਾਸ ਹੋ ਗਿਆ ਕਿ ਤੂੰ ਅੱਜ ਮਰ ਜਾਣਾ ਹੈ ਕਹਿੰਦਾ ਨਹੀਂ ਹਜ਼ੂਰ ਮੈਂ ਇਸ ਕਰਕੇ ਪਰੇਸ਼ਾਨ ਉਦਾਸ ਨਹੀਂ ਹਾਂ ਤੇ ਮੈਂ ਅੱਜ ਮਰ ਜਾਣਾ ਹੈ ਮੈਨੂੰ ਮਰਨ ਦਾ ਕੋਈ ਗਮ ਨਹੀਂ ਬਸ ਕੋਈ ਗਮ ਲੱਗਾ ਰਹਿਣਾ ਕਹਿੰਦਾ ਕਿਹੜਾ ਕਹਿੰਦਾ ਮੈਂ ਤੇ ਜਿੰਨੇ ਵੀ ਸਾਹ ਜੀਣੇ ਸੀ ਤੁਹਾਡੀ ਸੇਵਾ 'ਚ ਜੀਣੇ ਸੀ ਪਰ ਮੈਂ ਤੇ ਅੱਜ ਸ਼ਾਮ ਤੱਕ ਤੁਹਾਡੀ ਸੇਵਾ ਕਰਦਾ ਉਸ ਤੋਂ ਬਾਅਦ ਤਾਂ ਮੈਂ ਮਰ ਜਾਣਾ ਹੈ ਹਜ਼ਰਤ ਮੌਲਾ ਅਲੀ ਸਰਕਾਰ ਅਗਰ ਗੱਲ ਸਮਝ ਆਵੇ ਮੇਰੀਆਂ ਭੈਣਾਂ ਨੂੰ ਮਾਵਾਂ ਨੂੰ ਵੀਰਾਂ ਨੂੰ ਤੇ ਤਾੜੀ ਮਾਰਿਓ ਜਿਸ ਹੱਥ ਨਾਲ ਮੌਲਾ ਅਲੀ ਸਰਕਾਰ ਮਿੱਟੀ ਦਾ ਗਾਰਾ ਬਣਾ ਕੇ ਆਪਣੇ ਮਕਾਮ ਦੀ ਛੱਤ ਨੂੰ ਲਿਖਦੇ ਪੋਚਦੇ ਪਏ ਨੇ ਉਸ ਹੱਥ ਵਿੱਚ ਛੋਟੀਆਂ ਛੋਟੀਆਂ ਰੋੜੀਆਂ ਆਈਆਂ ਉਹਨਾਂ ਨੇ ਰੋੜੀਆਂ ਚੱਕ ਕੇ ਆਪਣੇ ਮੁਰੀਦ ਦੇ ਮੱਥੇ ਨੂੰ ਮਾਰੀਆਂ ਕਹਿੰਦੇ ਜਾ ਉਸ ਨਜ਼ੂਮੀ ਸਾਹਿਬ ਨੂੰ ਕਿਹਾ ਸੀ ਹੁਣੇ ਆ ਰਿਹਾ ਫਿਰ ਮਕਾਮ ਤੋਂ ਨੀਚੇ ਆ ਗਿਆ ਕਹਿੰਦਾ ਨਜ਼ੂਮੀ ਸਾਹਿਬ ਮੇਰੇ ਪੀਰ ਮੁਰਸ਼ਦ ਮੌਲਾ ਅਲੀ ਸਰਕਾਰ ਬਸ ਹੁਣੇ ਆ ਰਿਹਾ ਇੰਨੀ ਗੱਲ ਕਰਕੇ ਪਿੱਛੇ ਮੁੜ ਲੱਗਾ ਨਜ਼ੂਮੀ ਸਾਹਿਬ ਨੇ ਮੁੱਟ ਕੇ ਬਾਹੋਂ ਫੜ ਲਿਆ ਉਹ ਕਹਿੰਦਾ ਪਿੱਛੇ ਨਾ ਮੁੜੀ ਮਰਿਆ ਲੋਕਾਂ ਪਿੱਛੇ ਨਾ ਮੁੜੀ ਕਹਿੰਦਾ ਜਨਾਬ ਹੁਣ ਕੀ ਹੋਇਆ
ਉਹ ਕਹਿੰਦਾ ਮੈਂ ਤੇ ਤੇਰੇ ਮੱਥੇ ਤੇ ਲਕੀਰ ਪੜ ਕੇ ਤੈਨੂੰ ਦੱਸਿਆ ਸੀ ਕਿ ਤੂੰ ਅੱਜ ਸ਼ਾਮ ਨੂੰ ਮਰ ਜਾਣਾ ਹੈ। ਉਹ ਆ 30 ਸਾਲ ਦੀ ਉਮਰ ਹੋਰ ਕਿੱਥੋਂ ਲੈ ਕੇ ਆ ਗਿਆ। ਅਲੀ ਦੀਆਂ ਦੋ ਰੋੜੀਆਂ ਵੱਜੀਆਂ, ਅਲੀ ਦੇ ਹੱਥ ਦੀਆਂ ਦੋ ਰੋੜੀਆਂ ਕੈਂਕਰਾਂ ਵੱਜੀਆਂ ਤੇ 30 ਸਾਲ ਦੀ ਉਮਰ ਹੋਰ ਵੱਧ ਗਈ। ਇਸੇ ਲਈ ਕਹਿ ਕੇ ਅਲੀ ਅਲੀ ਕਹਿਣ ਵਾਲੇ ਬਲੀ ਬਣ ਜਾਂਦੇ, ਨਹੀਂ ਤੇ ਬੂ ਅਲੀ ਕਲੰਦਰ ਸਾਹਿਬ 12 ਤੋਂ 12 36 ਸਾਲ ਇਬਾਦਤ ਕੀਤੀ ਹੈ ਤੇ ਫਿਰ ਉਹਨਾਂ ਵਿੱਚ ਅਲੀ ਦੀ ਮਹਿਕ ਆਉਣੀ, ਅਲੀ ਦੇ ਪਸੀਨੇ ਦੀ ਮਹਿਕ ਚੰਦਨ ਦੀ ਮਹਿਕ ਆ। ਅਲੀ ਅਲੀ ਕਹਿਣ ਵਾਲੇ ਬਲੀ ਬਣ ਜਾਂਦੇ, ਕਿਸ ਤਰ੍ਹਾਂ ਦਾ ਰਿਕਾਰਡ ਹੋਵੇ।
Come on.
Mala di mala, 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 mala di mala
Ha ha!
Oh, come on.
ਵਾਸਤੇ ਕਲਾਮ ਲੈ ਕੇ ਜਿਨ੍ਹਾਂ ਦੀ ਮੁੰਡੇ ਵਾਲੀ ਸਰਕਾਰ ਦਾ ਹੱਥ ਲੜੀ ਹੋਵੇ, ਸਰਕਾਰ ਦਾ ਹੱਥ ਲੜੀ ਹੋਵੇ, ਉਹਨਾਂ ਦੀ ਗੁੱਡੀ ਅਸਮਾਨ ਤੇ ਚੜੀ ਹੋਈ। ਜਰਾ ਗੌਰ ਆਪਣੇ ਭਰਾ ਦੇ ਵਿਆਹ ਚ ਹਰ ਕੋਈ ਨੱਚ ਲੈਂਦਾ, ਪੁੱਤਰ ਦੇ ਵਿਆਹ ਚ ਹਰ ਕੋਈ ਨੱਚ ਲੈਂਦਾ, ਜ਼ਿੰਦਗੀ ਤਾਂ ਵਾ ਜਿਹੜਾ ਕੁੰਡੀ ਵਾਲੇ ਦੇ ਵਿਆਹ ਚ ਨੱਚੇ, ਜਿਹੜਾ ਕੁੰਡੇ ਵਾਲੇ ਦੇ ਵਿਆਹ ਚ ਨੱਚੇ ਕਿਉਂ ਕਰਕੇ ਆਓ ਜੀ। ਤਮਾਸ਼ਾ ਦੇਖੀਏ ਤੇ ਨਾ ਕਦੀ ਫਕੀਰ ਨੂੰ ਤਮਾਸ਼ਾ ਦਿਖਾਈਏ, ਉਹਦੇ ਹਾਲ ਤੋਂ ਡਰੀਏ। ਇਹ ਅੱਖ ਕੀ ਕਰਦੀ ਹੈ? ਇਸ ਅੱਖ ਨਾਲ ਮੈਂ ਆਪਣੀ ਬੇਟੀ ਨੂੰ ਦੇਖਦਾ, ਆਪਣੀ ਘਰ ਵਾਲੇ ਨੂੰ ਦੇਖਦਾ, ਆਪਣੀ ਮਾਂ ਨੂੰ, ਆਪਣੀ ਭੈਣ ਨੂੰ। ਜਦੋਂ ਇਸ ਅੱਖ ਨਾਲ ਮੈਂ ਆਪਣੇ ਪੀਰ ਨੂੰ ਦੇਖਦਾ, ਉਦੋਂ ਅੱਖ ਪਾਕ ਹੋ ਜਾਂਦੀ ਹੈ, ਉਦੋਂ ਅੱਖ ਦੀ ਕੀਮਤ ਪੈਂਦੀ ਹੈ। ਜਿਹੜੀ ਅੱਖ ਫਕੀਰਾਂ ਦਾ ਸਤਿਕਾਰ ਤੇ ਮਾਣ ਕਰਦੀ ਹੈ, ਉਹਨੂੰ ਦੋਨੀ ਜਹਾਨੀ ਰਹਿਮਤਾਂ। ਜਿਹੜੀ ਅੱਖ ਫਕੀਰ ਵੱਲ ਗੈਰ ਨਜ਼ਰ ਨਾਲ ਤੱਕਦੀ ਹੈ, ਉਹਨੂੰ ਦੋਨੀ ਜਹਾਨੀ ਧੱਕੇ ਪੈਂਦੇ। ਕਿਉਂ ਕਰਕੇ ਸ਼ਾਇਰ ਕੀ ਲਿਖਦਾ ਹੈ? ਉਸ ਅੱਖ ਦਾ ਰਵੇਲਾ ਕਖਿਸ਼ਾਨਾ, ਜਿਹੜੀ ਤਕ ਮੁਨਸ਼ਦ ਨੂੰ ਕੈਰ ਵੇਖੇ। ਓਏ ਉਸ ਅੱਖ ਦਾ ਆਵਾਜ਼ ਸਿੰਗਲ ਵਾਲੇ ਭਰ ਕੇ ਆਪਾਂ।
ਸ਼ਾਹ ਦੇ ਗਲ ਵਿੱਚ ਚੁੰਦਰੀ, ਸਾਡੇ ਬਿੱਟੂ ਸ਼ਾਹ ਦੇ ਗਲ ਵਿੱਚ ਚੁੰਦਰੀ ਕਿਹੜੀ ਹੈ? ਚੁੰਦਰੀ ਆਹ ਇਹ ਕਲੰਦਰੀ ਖਾਨਦਾਨ ਦੀ ਚੁੰਦਰੀ ਹੈ, ਮੂੰਹ ਅਲੀ ਕਲੰਦਰ ਸਾਹਿਬ ਦੇ ਘਰ ਚੋਂ ਚੁੰਨੀ ਖਾਨਦਾਨ ਕਿਹੜੀ ਜਿਹੜੇ ਸਰਕਾਰ ਦੇ ਹੋ ਜਾਂਦੇ ਨੇ ਚੁੰਨੀ ਆਹ
ਇਹ ਬਾਬਾ ਬਣ ਗਿਆ, ਲੋਕਾਂ ਨੂੰ ਪੈਸੇ ਕਮਾਉਣ ਨੂੰ ਨਹੀਂ ਮਿਲਦੇ, ਲੁਟਾਈ ਜਾ ਰਿਹਾ, ਲੋਕਾਂ ਨੂੰ ਰੋਟੀ ਖਾਣ ਨਹੀਂ ਮਿਲਦੀ, ਲੰਗਰ ਕਰਾਈ ਜਾ ਰਿਹਾ, ਇਹ ਪਾਗਲ ਹੋ ਗਿਆ। ਪਰ ਪਾਗਲ ਕੌਣ ਹੁੰਦਾ? ਸਰਕਾਰ ਜੀ ਦੇ ਗੱਲ ਮੱਲੇ ਪੈ ਜਾਂਦੇ। ਔਰ ਕਮਲਾ ਕੌਣ ਹੁੰਦਾ ਜਿਹੜਾ ਕੁੰਡੀ ਵਾਲੇ ਦਾ ਹੋ ਜਾਵੇ? ਜਿਹੜਾ ਕਮਲੀ ਯਾਰ ਦੀ ਕਮਲੀ ਕਮਲੀ ਬਾਬਾ ਕੁੰਡੀ ਵਾਲਾ ਕਮਲੀ ਯਾਰ ਤੋਹਫਾ ਕੀ ਹੈ? ਜਿਸ ਵੇਲੇ ਇਨਸਾਨ ਇਹ ਜਾਵਾਂ ਛੱਡ ਕੇ ਪ੍ਰਮਾਤਮਾ ਦੇ ਘਰ ਚ ਜਾਂਦਾ, ਮਗਰੋਂ ਜੀਆਂ ਨੂੰ ਬੜਾ ਲੱਗਦਾ। ਸਾਡੇ ਘਰ ਕੈਸੀ ਦੌਲਤ ਸੀ, ਕਲੰਦਰਾਂ ਦਾ ਫਕੀਰਾਂ ਦਾ ਉਦੋਂ ਹੀ ਰਾਜ ਖੁੱਲਿਆ ਜਦੋਂ ਇਹ ਜਹਾਨ ਛੱਡ ਕੇ ਖੁਦਾ ਦੀ ਕਚਹਿਰੀ ਚ। ਪਰ ਅਸੀਂ ਇਹ ਕਹਿੰਦੇ ਜਿਹਦੇ ਜੀ ਕਦਰ ਕਰੋ, ਚਾਹੇ ਜੀ ਆ ਕੋਈ ਵੀ ਸ਼ਖਸ, ਆਈ ਰੂਹ ਨੂੰ ਜਦੋਂ ਪਿਆਰ ਕਰੀਏ ਰੱਬ ਬਹੁਤ ਖੁਸ਼ ਹੁੰਦਾ। ਕੀ ਕਹਿਣਾ? ਲੋਕੀ ਕਹਿੰਦੇ ਫਕੀਰ ਬਣ ਗਿਆ, ਬਾਬਾ ਬਣ ਗਿਆ, ਪਾਗਲ ਹੋ ਗਿਆ। ਪਰ ਪਾਗਲ ਕੌਣ ਹੁੰਦਾ ਜਿਹਦੇ ਕਦਰ ਮੱਲੇ ਪੈ ਜਾਂਦੇ? ਔਰ ਕਮਲਾ ਕੌਣ ਆ ਕਿਉਂਕਿ ਮਾਲਕ ਦਾ ਕਰਮ ਹੈ, ਬੇ ਔਲਾਦਾਂ ਨੂੰ ਔਲਾਦ ਬਖਸ਼ਦੇ, ਬਿਮਾਰਾਂ ਨੂੰ ਸ਼ਿਫਾ ਬਖਸ਼ਦੇ, ਜਿਹਨਾਂ ਦੇ ਕਾਰੋਬਾਰ ਹੀ ਉਹਨਾਂ ਨੂੰ ਕਾਰੋਬਾਰ ਦੇ। ਜਿਹੜੇ ਗੁੱਲੀ ਵਾਲੀ ਸਰਕਾਰ ਤੇ ਭਰੋਸਾ ਰੱਖਦੇ, ਜਦੋਂ ਤਾੜੀ ਮਾਰਿਓ ਮੈਨੂੰ ਮੇਰੇ ਪਸ ਦਾ ਮਾਲਕ ਨਹੀਂ, ਤੁਸੀਂ ਰਾਤ ਨੂੰ ਮਹਿਸੂਸ ਕਰੋਗੇ ਕਿ ਸਾਨੂੰ ਕਿੰਨਾ ਆਰਾਮ ਮਿਲਿਆ।
Oh, come on.
छोटा बेटा अमीर खान नगोदर वाले बाबा लाडी शाह सरकार ने नाम रखे था अमीर खान उन्होंने दिता थोड़ा मस्त लह बंदा सीधा बंदा और साई जी ने कहा कि सिद्धियां दा रब सीधा है। मेला भर गया मेले में यारा नूं यार मिल पे किहड़े यार कुंडी वाली सरकार मुहम्मद शाह जी दौलत शाह जी। एक बार मैं सरकार का क्यों करके दसन लगे हाँ
Let's go.
ਜਿਹੜੇ ਬਾਬਾ ਬੁੱਲੀ ਵਾਲੀ ਸਰਕਾਰ
ਜੀ ਦਾਤਾ ਹਮ ਬਹੁਤ ਸਾਰੀ ਸੰਤ ਨੂੰ ਲੱਖ ਲੱਖ ਵਧਾਈਆਂ ਮਸਤਾਂ ਦੇ ਦੇਵੇ ਆਏ ਆ।
ਇਹਨਾਂ ਬੱਚਿਆਂ ਵਾਲਿਆਂ ਨੂੰ ਦੇਖ ਕੇ ਬੜੀ ਖੁਸ਼ੀ ਆਈ ਹੈ ਜਿਨ੍ਹਾਂ ਨੇ ਆਪਣਾ ਖੁਸ਼ੀ ਦੇ ਕੰਮ ਕੀਤਾ ਹੈ। ਮਹਾਰਾਜ ਦਾ ਭੰਗੜਾ ਪਾਇਆ ਬਾਬਾ ਜੀ ਦੇ ਨਾਮ ਦਾ।